शिमारू के नए वीडियोस के लिए सब्सक्राइब कीजिए और बेल आइकन को दबाना ना भूलें। रिंकी नहीं लेके आवा ना? हाँ जी, अपनी रिंकी नहीं लेके आओ। काका जी बैठे थे। काका जी, हार हूं ला दो, निश्चिंत हो जाओ। नहीं वो तलवार डर बहुत लगता जी। ओहो, डोंट वरी, मैं ओदे बिहाफ ते कह रहा ना तानू, प्लीज ला दो। नवे नवे सारे है, नाम ही नहीं पता कर सकते। चल पहले तू ला। मैं चल। बड़ा करंट टॉपिक सारे पता जी मतलब जेडे मर्जी करंट अफेयर ते गल कर लो। अच्छा, फिर ये दसो के मलिका शराफत बारे किन्ना कुछ जानते हो? हाँ, मलिका शराफत दी सारी हिस्ट्री तो मैं दस देना जी। ना 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 काका जी, हिस्ट्री नहीं, मैंने उदा प्रेजेंट मोबाइल नंबर चाहिए प्लीज। पापा जी, रंग दे ही काले नहीं है के दिल दे भी काले ही है। कोई गल नहीं जी, मलिका शराफत दा नंबर असी आंटी जी नू दे देंगे। ना 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 काका जी, आंटी नू दसन दी लोड़ नहीं है। ਆਪਾਂ ਸਵਾਲ ਹੀ ਕੈਂਸਲ ਕਰਦੇ ਹਾਂ, ਤੁਸੀਂ ਮੈਨੂੰ ਇਹ ਦੱਸੋ ਕਿ ਕਿਤਾਬਾਂ ਪੜ੍ਹਨ 'ਚ ਸ਼ੌਕ ਰੱਖਦੇ ਹੋ? ਹਾਂਜੀ, ਕਿਤਾਬਾਂ ਬਹੁਤ ਪੜ੍ਹਦਾ ਜੀ ਮੈਂ। ਅੱਛਾ, ਹਾਂ, ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹੋ ਤੁਸੀਂ? ਮਸਲਨ ਜਿੱਦਾਂ ਨੈਣ ਪ੍ਰੀਤੋ ਦੇ ਚਾਈ ਪੇਕੇ ਪਾਪਾ ਠੇਕੇ, ਘਰੇਲੂ ਨੁਸਖੇ, ਧਨਵੰਤਰੀ ਸਾਰੀ ਯਾਦ ਕੀਤੀ ਹੋਈ ਮੈਂ, ਜੰਤਰੀਆਂ ਸਾਪੜੀਆਂ ਮੈਂ, ਸੌਖੇ ਵਪਾਰ ਕਰਨ ਦੇ ਸੌ ਬਿਜ਼ਨਸ, ਹਾਰਮੋਨੀਅਮ ਸਿੱਖੋ, ਸਭ ਕਿਤਾਬਾਂ ਪੜ੍ਹੀਆਂ। ਚਲੋ ਛੱਡੋ, ਮਾਰੋ ਗੋਲੀ ਕਿਤਾਬਾਂ ਨੂੰ। ਤੁਸੀਂ ਮੈਨੂੰ ਇਹ ਦੱਸੋ ਕਿ ਹਾਂ, ਸ਼ਾਹਜਹਾਂ ਦੇ ਤਾਜ ਮਹਿਲ ਬਾਰੇ ਕੀ ਜਾਣਦੇ? ਹਾਂਜੀ, ਤਾਜ ਮਹਿਲ ਚਿੱਟਾ ਹੈ ਜੀ, ਚਿੱਟਾ ਰੰਗ ਦਾ। ਵੱਖਰੀ ਗੱਲ ਹੈ, ਪੋਲਿਊਸ਼ਨ ਹੁਣ ਥੋੜਾ ਪੀਲਾ ਪੀਲਾ ਦਰਦ ਹੋਇਆ। ਛੱਡੋ ਜੀ ਤਾਜ ਮਹਿਲ ਦੀਆਂ ਗੱਲਾਂ ਨੂੰ, ਬਾਥਰੂਮ ਦਾ ਦਰਵਾਜ਼ਾ ਟੁੱਟਿਆ 3 ਮਹੀਨਿਆਂ ਤੋਂ, ਉਹ ਪਹਿਲਾਂ ਤੋਂ ਲੱਗਿਆ ਨਹੀਂ। ਲੈ ਗਏ ਤਾਜ ਮਹਿਲ ਦੀਆਂ ਗੱਲਾਂ ਨੂੰ ਬੈਠੇ ਆ ਇੱਥੇ। ਸੁਣੋ, ਕੀੜੀਆਂ ਖਾ ਗਈਆਂ ਪਕੌੜਿਆਂ ਨੂੰ, ਜਾ ਕੇ ਹੋਰ ਪਕੌੜੇ ਲੈ ਕੇ ਆਓ। ਭੇਜੋ ਕੰਮ ਨਿਬੜੇ ਜੀ ਵਿੱਚੋਂ, ਆਓ ਠੀਕ ਹੈ? ਤੁਸੀਂ ਨਾ ਆਓ, ਵਡੇਰਾ ਸਰੀਰ ਹੈ, ਆਰਾਮ ਕਰੋ, ਕਿਉਂ ਕਸ਼ਟ ਦਿੰਦੇ ਹੋ ਸਰੀਰ ਨੂੰ? ਦੇਖੋ ਕਾਕਾ ਜੀ, ਪਸੰਦ ਤੁਹਾਨੂੰ ਮੈਂ ਕਰ ਲਿਆ, ਪਰ ਫਾਈਨਲ ਨਹੀਂ ਕੀਤਾ, ਕਿਉਂਕਿ ਜੁਆਈ ਮੈਨੂੰ ਉਹ ਚਾਹੀਦਾ ਜਿਹਨੂੰ ਅੰਤਾਕਸ਼ਰੀ ਖੇਲਣੀ ਆਉਂਦੀ ਹੋਵੇ। ਤੁਹਾਨੂੰ ਖੇਲਣੀ ਆਉਂਦੀ? ਅੰਤਾਕਸ਼ਰੀ ਤੇ ਆਉਂਦੀ ਆਉਂਦੀ ਹੈ ਜੀ, ਉਹਦੇ ਆਉਂਦੀ ਹੁੰਦੀ ਸਭ ਨੂੰ ਹੀ। ਵੈਰੀ ਗੁੱਡ, ਵੈਰੀ ਗੁੱਡ। ਸੱਸ ਤੁਹਾਡੀ ਅੜੀ ਖੜੀ, ਅੰਤਾਕਸ਼ਰੀ ਦੀ ਸ਼ੌਕੀਨ ਬੜੀ, ਜੁਆਈ ਤੁਹਾਨੂੰ ਤਾਂ ਮੰਨਾਂਗੀ ਜੇ ਗੱਲ ਦੇ ਵਿੱਚ ਗੱਲ ਫੜੀ। ਅੜਾੜਾ, ਚਲੋ ਅੜਾੜੇ ਤੋਂ ਸ਼ੁਰੂ ਹੋ ਜਾਓ। ਰਾੜੇ ਤੇ ਤਾਂ ਗਾਣਾ ਹੀ ਕੋਈ ਨਹੀਂ ਬਣਿਆ ਅੱਜ ਤੱਕ ਜੀ, ਇਸ ਧਰਤੀ ਤੇ ਰਾੜੇ ਤੇ ਮੈਂ ਗਾਣਾ ਕਦੇ ਸੁਣਿਆ ਨਹੀਂ। ਰਾੜੇ ਵਰਗਾ ਹੁੰਦਾ ਐੜਾ, ਹੈਲੋ। ਚਲੋ ਐੜੇ ਸ਼ੁਰੂ ਹੋ ਜਾਓ। ਨਹੀਂ ਅੱਜ ਮੈਂ ਨਹੀਂ ਨਹੀਂ ਤਾਂ ਨਹੀਂ, ਆਪਾਂ ਅੱਜ ਤੋਂ ਸ਼ੁਰੂ ਕਰਦੇ ਹਾਂ। ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ ਨਹੀਂ, ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ ਨਹੀਂ, ਅੱਜ ਮੈਂ ਨਹੀਂ, ਅੱਜ ਮੈਂ ਆਹ ਨਹੀਂ, ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ ਨਹੀਂ, ਅੱਜ ਮੈਂ ਬਸ 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 ਗਾਣਾ ਸੁਣਾ ਰਹੇ ਹੋ ਤੁਸੀਂ, ਮੈਨੂੰ ਡਰਾ ਰਹੇ ਹੋ। ਮੈਂ ਨਹੀਂ ਸੁਣਿਆ ਗਾਣਾ, ਕੋਈ ਹੋਰ ਗਾਣਾ ਸੁਣਾਓ। ਲਓ ਜੀ, ਦੇਖੋ ਇਹ ਨਹੀਂ ਗੱਲ, ਗਾਣਾ ਤੇ ਗਾਣਾ ਹੀ ਹੁੰਦਾ ਨਾ। ਹੁਣ ਦੇਖੋ, ਮੈਨੂੰ ਨਹੀਂ ਪਤਾ, ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓ ਲੈ ਲੈ, ਇਹ ਤੇ ਸੁਣਾਓ, ਇਹ ਤੇ ਇਹ ਕਿਆ ਬੋਲਤਾ ਤੂੰ, ਆਤਾ ਕਿਆ ਖੰਡਾਲਾ। ਸ਼ਰਮ ਤਾਂ ਨਹੀਂ ਆਉਂਦੀ ਜੁਆਈ ਨਾਲ ਖੰਡਾਲਾ ਦਾ ਪ੍ਰੋਗਰਾਮ ਬਣਾਉਂਦੇ ਆ? ਖੰਡਾਲਾ ਖੰਡ ਲਿਆ ਜਿਹੜੀ ਮੁੱਕੀ ਪਈ ਆ। ਨਾਲੇ ਉੱਧਰ ਮੇਰਾ ਬਾਪੂ ਬੈਠਾ ਸੁਰਮੇ ਰੰਗਾ, ਉਹਦੇ ਨਾਲ ਬਣਾ ਦੇ ਵੈਸਟ ਇੰਡੀਜ਼ ਦਾ ਟ੍ਰਿਪ। ਮੈਂ ਸੋਚਦਾ ਕਿ ਆਪਾਂ ਕਾਕਾ ਜੀ ਤੇ ਗੁੱਡੀ ਨੂੰ ਇਕੱਲਿਆਂ ਬੈਠਣ ਦਾ ਮੌਕਾ ਦਈਏ, ਤੇ ਆਪਾਂ ਜਰਾ ਬਾਹਰ ਚੱਲ ਕੇ ਅੰਤਾਕਸ਼ਰੀ ਖੇਡਦੇ ਆ। ਰੀਅਲੀ? ਹਾਂਜੀ ਹਾਂਜੀ, ਚਲੋ ਚਲੋ ਜੀ। Thank you.
सोफा मुक गया अपना ओ अपना रिंकी जी थोड़ा नाम की है? मेरा ना रब थोड़ा भला करे, मैं तो नर्वस ही हो गई, हमने तुसी लिया भी सी। हाँ, मेरा नाम ना रिंकी है। पहली बारी नाम सुने? पहली बारी? पर कंतो मासी तो कहती सी थोड़ी छोटी भैन का नाम भी रिंकी सीगा। अब केड़ी छोटी भैन? ओ ते नर्सरी च मर गई सी, ओदा नाम याद हुण कितें मैनूं एंडियां पुरानियां गल्लां याद रहिंदियां। मैनूं ते भैन भुली सी, तुसीं नां लिया भैन दा ते मैनूं भैन याद आई है। ਤੁਹਾਡੇ ਵੈਸੇ ਬਾਏ ਦਾ ਵੇ ਪਤਾ ਨਹੀਂ ਕਿੱਦਾਂ ਪੁੱਛੋ, ਸ਼ੌਂਕ ਕੀ ਹੈ? ਮੈਨੂੰ ਨਾ ਸ਼ੌਂਕ ਹੈ ਮੇਰੀਆਂ ਨਾ 12-13 ਕੁੜੀਆਂ ਹੋਣ। 12-13 ਕੁੜੀਆਂ ਹੋਣ, ਬੜਾ ਅਜੀਬ ਜਿਹਾ ਸ਼ੌਂਕ ਹੈ ਜੀ। ਮਤਲਬ ਜਿਹੜੀਆਂ ਹੁਣ ਪੰਜਾਬ 'ਚ ਲੋਕਾਂ ਨੇ ਕੁੜੀਆਂ ਮਾਰਨੀਆਂ ਸ਼ੁਰੂ ਕੀਤੀਆਂ ਜੰਮਣ ਤੋਂ ਪਹਿਲਾਂ ਹੀ, ਮਤਲਬ ਜਿੰਨੀਆਂ ਲੋਕਾਂ ਨੇ ਮਾਰੀਆਂ ਉਹ ਸਾਰਾ ਘਾਪਾ ਮੇਰੇ ਕੋਲ ਪੂਰਾ ਕਰਨਾ। ਪਤਾ ਕੀ ਮੇਰੀ ਪ੍ਰੋਬਲਮ? ਪਤਾ ਕੀ ਹੈ, ਮੈਂ ਜਿਹੜੀ ਵੀ ਚੀਜ਼ ਮੰਗਦੀ ਹਾਂ ਨਾ ਰੱਬ ਤੋਂ, ਮੈਨੂੰ ਅੱਧੀ ਮਿਲਦੀ ਹੈ। ਇਸ ਕਰਕੇ ਮੈਂ 12-13 ਕੁੜੀਆਂ ਮੰਗੀਆਂ, 6-7 ਤਾਂ ਮਿਲਣਗੀਆਂ ਹੀ। 6-7 ਕੁੜੀਆਂ ਪਰਲੋ ਵਾਲੀ ਗੱਲ ਹੀ ਹੈ ਨਾ ਜੀ, ਇੱਕ ਤਾਂ ਮੁੰਡਾ ਮੰਗ ਲਓ। ਦੇਖੋ ਨਾ ਜੀ, ਕਿ 5-6-7-8 ਕੁੜੀਆਂ ਹੁਣ ਇਕੱਲਾ ਪਿਓ, ਮੈਂ ਤਾਂ ਵਿਆਹੁੰਦਾ ਮਰ ਜਾਂਗਾ ਜੀ, ਇੱਕ ਤਾਂ ਮੁੰਡਾ ਉਹਦੇ ਨਾਲ ਸਾਥ ਹੋ ਜਾਂਦਾ। ਵੈਸੇ ਗੱਲ ਪਰਸਨਲ ਜੀ ਪੁੱਛਾਂ ਤੁਹਾਨੂੰ ਜੀ, ਇਹ ਤੁਹਾਨੂੰ ਮਤਲਬ ਮੁੰਡਿਆਂ ਤੋਂ ਕੋਈ ਨਫ਼ਰਤ ਹੈ? ਮੁੰਡੇ ਅੱਛੇ ਨਹੀਂ ਲੱਗਦੇ ਤੁਹਾਨੂੰ? ਨਹੀਂ, ਮੁੰਡੇ ਤਾਂ ਮੈਨੂੰ ਬਹੁਤ ਚੰਗੇ ਲੱਗਦੇ ਆ, ਨਿੰਨੇ ਪਿਆਰੇ ਪਿਆਰੇ, ਬਹੁਤ ਹੀ ਪਿਆਰੇ ਲੱਗਦੇ ਆ। ਪਰ ਨਾ ਮੇਰੀ ਇੱਕ ਪ੍ਰੋਬਲਮ ਆ। ਮੁੰਡੇ 'ਚ ਕੀ ਪ੍ਰੋਬਲਮ ਹੈ ਜੀ? ਮੈਂ ਦੱਸਣੀ, ਗੱਲ ਤਾਂ ਦੱਸਣੀ ਪੈਣੀ ਤੁਹਾਨੂੰ। ਪੱਕਾ? ਬਿਲਕੁਲ ਪੱਕਾ। ਪਤਾ ਕੀ, ਮੈਨੂੰ ਨਾ ਬੱਚਿਆਂ ਦੀਆਂ ਨਾ ਗੁੱਤਾਂ ਹੀ ਕਰਨੀਆਂ ਆਉਂਦੀਆਂ, ਸਿਰਫ ਜੂੜੇ ਕਰਨੇ ਹੀ ਨਹੀਂ ਆਉਂਦੇ। ਮੀਟੀਆਂ ਪਾਪਾ ਜੂੜੇ ਕਰੀ। ਕਾਕਾ ਜੀ, ਇਹ ਬੇਟੀਆਂ ਦੇ ਹੱਥ ਬਾਪ ਫੜਾਉਂਦੇ ਹੁੰਦੇ ਨੇ, ਤੁਸੀਂ ਬੜੀਆਂ ਕਾਲੀਆਂ ਕੀਤੀਆਂ ਨੇ। ਪਾਪਾ ਜੀ, ਮੈਂ ਤਾਂ ਹਲੇ ਇੱਕੋ ਹੀ ਹੱਥ ਫੜਾਇਆ, ਦੂਜਾ ਹੈਗਾ, ਤੁਸੀਂ ਫੜਾ ਦਿਓ। ਅੱਛਾ, ਅੱਧਾ ਮਿੰਟ ਲੇਟ ਹੁੰਦਾ ਤੇ ਦੂਜਾ ਵੀ ਫੜਿਆ ਜਾਣਾ ਸੀ। ਦੇਖੋ ਨਾ ਜੀ, ਇਹ ਤੇ ਫਿਰ ਹੱਥ ਨੂੰ ਹੱਥ ਹੁੰਦਾ ਨਾ ਜੀ। ਹੱਥ ਨੂੰ ਹੱਥ ਹੁੰਦਾ, ਤਲਵਾਰਾਂ ਵਾਲਾ ਇੱਥੇ ਹੁੰਦਾ ਨਾ, ਤਾਂ ਫਿਰ ਹੱਥੋਂ ਪਾਈ ਹੋਣੀ ਸੀ। ਕੀ ਸੋਚਿਆ ਕੁੜੀਏ? ਮੈਨੂੰ ਮੁੰਡਾ ਪਸੰਦ ਹੈ। ਮੁੰਡਾ ਤਾਂ ਮੈਨੂੰ ਵੀ ਪਸੰਦ ਹੈ। ਕਿਉਂ ਜੀ? ਮੁੰਡਾ ਤਾਂ ਮੈਨੂੰ ਵੀ ਪਸੰਦ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਇਹ ਤੇ ਸਾਰਾ ਟੱਬਰ ਪਸੰਦੋਂ ਪਸੰਦ ਹੋਇਆ ਵੀ ਹੈ। ਲਓ ਜੀ, ਬਣ ਗਈ ਗੱਲ, ਬਹੁਤ ਬਹੁਤ ਵਧਾਈਆਂ। ਰੱਖੋ ਕਾਕਾ ਜੀ ਦੀ ਤਲੀ ਤੇ 1100 ਰੁਪਈਆ ਤੇ ਲਾ ਦਿਓ ਠਾਕਾ। ਕਿਉਂ ਕਾਕਾ? ਕਾਕਾ ਜੀ, ਮੈਂ 2 ਮਿੰਟ ਚਾਹਦਾ। ਕੀ ਮਤਲਬ ਹੈ ਤੁਹਾਡਾ? ਤੁਸੀਂ ਸ਼ੋ ਨੀ ਨਾ ਕੀਤਾ ਪਾਪਾ ਜੀ ਨੂੰ, ਤਾਂ ਫਿਰ ਕਾਕਾ ਜੀ 6-6-5 ਚ ਪੈ ਗਏ ਨੇ। ਪਾਪਾ ਜੀ ਨੇ ਵੇਖਣਾ, ਉਹਨਾਂ ਪਸੰਦ ਕਰਨਾ, ਤਾਂ ਹੀ ਰਿਸ਼ਤਾ ਹੋਣਾ। ਲਓ, ਪਾਪਾ ਜੀ ਵੀ ਆ ਗਏ ਨੇ। ਪਾਪਾ ਜੀ, ਇੱਥੋਂ ਸੱਜੇ, ਹਾਂ ਇੱਥੋਂ ਖੱਬੇ, ਬਸ ਇੱਥੇ ਹੀ ਜੀ। ਕਿੱਦਾਂ ਦਾ ਵੇਖ ਰਹੇ ਨੇ? ਤੇ ਲੱਗਦਾ ਜਿੱਦਾਂ ਮੇਰੀ ਸਕੈਨਿੰਗ ਕਰ ਰਹੇ ਨੇ। ਦਰਅਸਲ ਪਾਪਾ ਜੀ ਨੂੰ ਨਜ਼ਰ ਨਹੀਂ ਆਉਂਦਾ ਨਾ। ਅੱਛਾ, ਮਤਲਬ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਹਨਾਂ ਨੇ ਵੇਖਣਾ
ਤੇ ਰਿਸ਼ਤਾ ਹੋਣਾ ਸਾਨੂੰ ਗੇਟ ਤੋਂ ਹੀ ਮੋੜ ਦਿੰਦੇ ਕੀ ਲੋੜ ਸੀ ਅੰਦਰ ਸੱਦ ਕੇ ਸਾਡੀਆਂ ਬੇਇੱਜ਼ਤੀਆਂ ਕਰਾਉਣ ਦੀ ਬੈਠੋ ਕਾਕਾ ਜੀ ਬੈਠੋ ਕੀ ਬੈਠਣਾ ਸਿਆਣੇ ਕਹਿੰਦੇ ਨੇ ਕਿ ਰਿਸ਼ਤਾ ਹਮੇਸ਼ਾ ਵੇਖ ਕੇ ਢੋ ਕੇ ਕਰਨਾ ਚਾਹੀਦਾ ਵੇਖ ਹਸੀ ਲਿਆ ਤੇ ਢੋਏ ਰਹੇ ਨੇ ਇਹ ਰਿਸ਼ਤਾ ਨਹੀਂ ਹੋ ਸਕਦਾ ਕਿਉਂ ਕੀ ਗੱਲ ਹੋ ਗਈ ਜੀ ਕਿਉਂ ਨਹੀਂ ਹੋ ਸਕਦਾ ਇਹਦੀ ਧੌਣ ਛੋਟੀ ਆ ਧੌਣ ਛੋਟੀ ਧੌਣ ਧੌਣ ਛੋਟੀ ਲੈ ਦੱਸ ਵਿਆਹ 'ਚ ਤਾਂ ਹੁੰਦਾ ਕੀ ਕੰਮ ਨਹੀਂ ਗੱਲ ਸੁਣੋ ਤੁਸੀਂ ਮੈਨੂੰ ਵਿਆਹ ਦੇਣਾ ਕਿ ਮੈਨੂੰ ਫਾਹ ਦੇਣਾ ਫਾਂਸੀ ਲਾਉਣਾ ਮੈਨੂੰ ਕਾਕਾ ਘਰਾਂ ਦੇ 100 ਕਜੀਏ ਹੁੰਦੇ ਨੇ ਜਨਾਨੀ ਨੇ ਬੰਦੇ ਨੂੰ ਧੌਣੋਂ ਫੜਨਾ ਹੁੰਦਾ ਜੇ ਬੰਦੇ ਦੀ ਧੌਣ ਹੀ ਨਾ ਹੱਥ 'ਚ ਆਈ ਤਾਂ ਕੀ ਫਾਇਦਾ ਇਹ ਤਾਂ ਅਸੀਂ ਵੇਖਣਾ ਹੈ ਕਿ ਰਿਸ਼ਤਾ ਕਰਨਾ ਹੈ ਕਿ ਨਹੀਂ ਕਰਨਾ ਇਹ ਰਿਸ਼ਤਾ ਨਹੀਂ ਹੋ ਸਕਦਾ ਇਹ ਰਿਸ਼ਤਾ ਨਹੀਂ ਜੀ ਹੋ ਸਕਦਾ ਪਾਪਾ ਜੀ ਨੇ ਕਹਿੰਦਾ ਰਿਸ਼ਤਾ ਨਹੀਂ ਹੋ ਸਕਦਾ ਪਾਪਾ ਜੀ ਕਹਿੰਦਾ ਬਿਲਕੁਲ ਠੀਕ ਕਹਿੰਦਾ ਰਿਸ਼ਤਾ ਹੋਈ ਤਾਂ ਹੋਈ ਨਹੀਂ ਸਕਦਾ ਨਾ 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 ਰਿਸ਼ਤਾ ਨਹੀਂ ਹੋਣਾ ਹੈ ਨਹੀਂ ਕਿਉਂ ਨਹੀਂ ਹੋ ਸਕਦਾ ਇਹ ਰਿਸ਼ਤਾ ਜ਼ਰੂਰ ਹੋਊਗਾ ਮੈਂ ਕੁੰਡੀ ਮਾਰਨੀ ਹੈ ਖਿੱਚ ਕੇ ਨਾਸਾਂ ਤੇ ਕਿ ਡਾ ਇਹਨੂੰ ਵਿਆਹ ਕਲਾ ਆਇਆ ਆਇਆ ਤੁਹਾਡੇ ਨਖਰੇ ਨਖਰੇ ਇਸ ਤੇ ਮੈਂ ਚੌਂਤੀਆਂ ਦੀ ਹੋ ਗਈ ਤੁਸੀਂ ਰੱਖੋ ਜੀ ਵਿਆਹ ਦੀ ਤਰੀਕ ਪੱਕੀ ਵਿਆਹ ਦੀ ਤਰੀਕ ਮੈਂ ਰੱਖ ਲਈ ਐਸੇ ਮਹੀਨੇ 34 ਤਰੀਕ ਬਰਾਤ ਆਗਰੇ ਪਹੁੰਚ ਜਾਏਗੀ ਆਗਰੇ ਕਿਉਂਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਾਗਲਖਾਨਾ ਆਗਰੇ ਚ ਆਸਮਤ ਕਿਸ਼ੋਰੀ ਛੜਾ ਮਾਰ ਕੇ ਭਾਵੇਂ ਮੈਂ ਅਗਲੇ ਜਨਮ 'ਚ ਕੁੱਤੇ ਦੀ ਜੂਨੇ ਪੈ ਜਾਂ ਪਰ ਇਸ ਟੱਬਰ 'ਚ ਮੈਂ ਵਿਆਹ ਨਹੀਂ ਕਰ ਸਕਦਾ ਕਿਉਂਕਿ ਜੇ ਇਸ ਟੱਬਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਨਾ ਤਾਂ ਮੇਰੀ ਹਾਲਤ ਪਤਾ ਕੀ ਹੋ ਜਾਣੀ ਹੋ ਮੇਰਾ ਹਾਲ ਪਤਾ ਕੀ ਹੋ ਜਾਣਾ ਮੈਨੂੰ ਨਾ ਪੁੱਛ ਮੇਰਾ ਕੀ ਹਾਲ ਹੋ ਜਾਣਾ ਤਾਂ ਮੈਂ ਦੱਸਾਂ ਮੈਨੂੰ ਕੁਛ ਹੋ ਜਾਣਾ ਤਾਂ ਮੈਂ ਕੀ ਹਾਲ ਹੋ ਜਾਣਾ ਮੈਨੂੰ ਮੇਰੀ ਹਾਲਤ ਆਹ ਹੋ ਜਾਣੀ ਹੋ ਮੈਂ ਆਪਣਾ ਹਾਰ ਪਾ ਕੇ ਆਪੇ ਗਲ ਦੇ ਵਿੱਚ ਟ੍ਰੈਫਿਕ ਚਲਾਉਂਦੇ ਫਿਰਦਾ ਸੜਕਾਂ ਦੇ ਉੱਤੇ ਖੜੇ ਹੋ ਕੇ ਸੀਟੀਆਂ ਮਾਰਦੇ ਫਿਰਾਂਗਾ ਫੁਰਲ ਫੁਰਲ ਉਹ ਮੈਂ ਪਾਗਲ ਹੋ ਜਾਣਾ ਤਾਂ ਮੈਂ ਦੱਸਾਂ ਮੇਰੀ ਹਾਲਤ ਆਹ ਹੋ ਜਾਣੀ ਹੋ ਐਦਾਂ ਹੋਣੀ ਮੇਰੀ ਹਾਲਤ ਮੈਂ ਪਾਗਲ ਹੋ ਜਾਣਾ ਹੀ ਲੱਗਦਾ ਜਿੱਦਾਂ ਹਲਵਾਈ ਨੇ ਨਾ ਕੱਦੂ ਝੂਨੇ ਨਾਲ ਧੋਤਾ ਹੁੰਦਾ ਹੈ ਕਿਸ਼ੋਰੀ ਲੱਗਦਾ ਨਾ ਯਾਰ ਮੂੰਹ ਮੇਰਾ ਜਿੱਦਾਂ ਕਲੀ ਕੀਤਾ ਹੋਇਆ ਮੂੰਹ ਕਲੀ ਕੀਤਾ ਹੈ ਨਾ ਮੂੰਹ ਕਾਲਾ ਤਾਂ ਨਹੀਂ ਕੀਤਾ ਨਾਲੇ ਵੇਖੀ ਜਦੋਂ ਹੁਣੇ ਥੋੜ੍ਹੀ ਦੇਰ ਬਾਅਦ ਕਲੀਆਂ ਧੁੱਪ ਗਈਆਂ ਤਾਂ ਕਿੱਦਾਂ ਨਿਖਰਦਾ ਮੇਰਾ ਯਾਰ ਖੀਰੇ ਇਹ ਤਾਂ ਤੁਸੀਂ ਐਵੇਂ ਖੇਚਲ ਕਰ ਗਏ ਹੋ ਨਾ ਲੋੜ ਤਾਂ ਨਹੀਂ ਸੀ ਵੈਸੇ ਖੀਰਿਆਂ ਦੀ ਚਲੋ ਅਗਲੇ ਮਾਨ ਨਾਲ ਦੇ ਕੇ ਗਏ ਨਾ ਵੀ ਕਿਉਂ ਕਰਨੀ ਨਾਲੇ ਪੇਟ ਪੂਜਾ ਨਾਲੇ ਟਾਈਮ ਪਾਸ ਚੱਕ ਆ ਕੇ ਤੂੰ ਇਹ ਨਹੀਂ ਨਹੀਂ ਤੂੰ ਖਾ ਬਈ ਤੂੰ ਸੋਹਣਾ ਜਮਾਉਣਾ ਆ ਨਹੀਂ 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 ਦੇਖ ਵੀ ਅਗਲੇ 2 ਪੀਸ ਦੇ ਕੇ ਗਏ ਉਹਨਾਂ ਨੂੰ ਪਤਾ 2 ਜਾਣੇ ਆ ਬਰਾਬਰ ਚਲੋ ਠੀਕ ਹੈ ਨਾਲੇ ਤੂੰ ਵੀ ਮਾਸਾ ਸੋਹਣਾ ਹੋ ਜਾਏਗਾ ਤਾਂ ਕੁੜੀ ਵਾਲੇ ਮਨਾ ਤਾਂ ਨਹੀਂ ਕਰ ਚੱਲੇ ਵੀ ਨਾਲ ਦਾ ਸੋਹਣਾ ਅਸੀਂ ਰਿਸ਼ਤਾ ਨਹੀਂ ਕਰਨਾ ਦੇ ਕੇ 2 ਪੀਸ ਹੀ ਗਏ ਯਾਰ ਕੰਜੂਸੀ ਕਰ ਲਿਆ ਖੀਰੇ ਕਿੱਥੇ ਨੇ ਤੁਹਾਨੂੰ ਭੁਲੇਖਾ ਲੱਗ ਰਿਹਾ ਜੀ ਬਿਲਕੁਲ ਉੱਥੇ ਨੇ ਜਿੱਥੇ ਹੋਣੇ ਚਾਹੀਦੇ ਸੀ ਕਮਾਲ ਕਰਦੇ ਹੋ ਉੱਥੇ ਕਿੱਥੇ ਨੇ ਮੂੰਹ ਚ ਕੜੋ ਕਾਬੜ ਕਾਬੜ ਪੇਟ ਚ ਓ ਮਾਈ ਗੋਡ ਤੁਸੀਂ ਖੀਰੇ ਖਾ ਲੇ ਤੇ ਖੀਰੇ ਖਾਣ ਵਾਸਤੇ ਹੀ ਹੁੰਦੇ ਆ ਜੀ ਖਾਣ ਲਈ ਨਹੀਂ ਅੱਖਾਂ ਤੇ ਰੱਖਣ ਲਈ ਹੁੰਦੇ ਨੇ ਲੈ ਅਸੀਂ ਹੁਣ ਤੱਕ ਇਹੀ ਸਮਝਦੇ ਰਹੇ ਹਾਂ ਵੀ ਖੀਰੇ ਖਾਣ ਵਾਸਤੇ ਹੁੰਦੇ ਨੇ ਅਸੀਂ ਸਲਾਦ ਚ ਖੀਰੇ ਖਾਂਦੇ ਰਹੇ ਹੁਣ ਤੱਕ ਕਿਸ਼ੋਰੀ ਹੁਣ ਪਤਾ ਲੱਗਿਆ ਵੀ ਖੀਰੇ ਅੱਖਾਂ ਵਾਸਤੇ ਹੁੰਦੇ ਨੇ ਵੈਸੇ ਗੱਲ ਤਾਂ ਠੀਕ ਹੈ ਉਹ ਡਾਕਟਰ ਵੀ ਕਹਿੰਦੇ ਹੁੰਦੇ ਆ ਨਾ ਜੀ ਖੀਰੇ ਅੱਖਾਂ ਵਾਸਤੇ ਬਹੁਤ ਅੱਛੇ ਹੁੰਦੇ ਨੇ ਵੈਰੀ ਗੁੱਡ ਸਰ ਬਿਲਕੁਲ ਗੱਲ ਠੀਕ ਹੈ ਪਰ ਇੱਦਾਂ ਕਰੋ ਫਟਾਫਟ ਕਰੋ ਮੇਰਾ ਮੂੰਹ ਧੋਣ ਵਾਲੀ ਗੱਲ ਕਰੋ ਮੈਂ ਜਾਣਾ ਮੈਂ ਲੇਟ ਬਹੁਤ ਹੁੰਦਾ ਪਿਆ ਜੀ ਤੁਹਾਨੂੰ ਟਾਈਮ ਨਹੀਂ ਹੋਇਆ ਟਾਈਮ ਹੋਏ ਦੀ ਗੱਲ ਨਹੀਂ ਹੈਗੀ ਬਸ ਜਾਣਾ ਅਸੀਂ ਕਿਤੇ ਹੋਰ ਵੀ ਕੰਮ ਕਰਨੇ ਹਲਵਾਈ ਕੋਲ ਜਾਣਾ ਜੇ ਉਹ ਸਮੋਸੇ ਪਕੌੜੇ ਗਜਰੇਲਾ ਬਰਫੀ ਬਹੁਤ ਕੁਛ ਲੈਣਾ ਜਲਦੀ ਕਰੋ ਹਾਂਜੀ ਹਾਂ ਛੇਤੀ ਕਰੋ ਜੀ ਆਪਾਂ ਮੂੰਹ ਧੋਣ 'ਤੇ ਥੋੜ੍ਹਾ ਰਹਿ ਜਾਣਾ ਐਵੇਂ ਸੋਹਣੇ ਹੁੰਦੇ ਰਹਿ ਜੀ ਉੱਧਰ ਕੁੜੀ ਵਾਲੇ ਮੁੜ ਜਾਣ ਇਹਨੂੰ ਕਹਿੰਦੇ ਨਾਤੀ ਧੋਤੀ ਰਹਿ ਗਈ ਨੱਕ 'ਤੇ ਮੱਖੀ ਬਹਿ ਗਈ ਜਲਦੀ ਕਰਦੇ ਮੈਡਮ ਪੋਪੋ ਪਾਈਆਂ ਨਾ ਪਾਓ ਸਿੱਧਾ ਮੂੰਹ ਧੋ ਜੀ ਜਟਕਾ ਧੋਤਾ ਇੱਧਰ ਰੂਣਾ ਵੀ ਕਦੇ ਮੂੰਹ ਧੋਤਾ ਹੀ ਨਹੀਂ ਇੰਨਾ ਟਾਈਮ ਹੈ ਨਹੀਂ ਮੈਨੂੰ ਛੱਡੋ ਮੈਂ ਆਪੇ ਧੋਣਾ ਸਹੀ ਹੋ ਜਾਵੇ ਸ਼ੀਰਾ ਦੇ ਧੋਤੇ ਹੀ ਦੇ ਐਵੇਂ ਲੈ ਆਇਆ ਮੈਨੂੰ
ਬਸ ਇੰਨੀ ਗੱਲ ਸੀ, ਤੁਸੀਂ ਹੌਲੀ ਹੌਲੀ ਰੋਣ ਨਾਲ ਲੱਗੇ ਹੋਏ ਸੀ, ਅਸੀਂ ਤਾਂ ਤਿਆਰ ਹੁੰਦੇ ਰਹਿ ਜਾਣਾ ਸੀ, ਉੱਧਰ ਕੁੜੀ ਵਾਲਿਆਂ ਨੇ ਮੁੜ ਜਾਣਾ ਸੀ, ਨਾ ਫਿਰ ਅਸੀਂ ਕਿਹਦੀ ਮਾਂ ਨੂੰ ਸੱਸ ਕਹਿਣਾ ਸੀ। ਹੈ ਆਪਣਾ ਕਿਸ਼ੋਰੀ, ਫਟਾਫਟ ਇਹਨਾਂ ਦੇ ਪੈਸੇ ਦੇ ਕੇ ਅਤੇ ਹਲਵਾਈ ਦੀ ਦੁਕਾਨ 'ਤੇ ਪਹੁੰਚ, ਨਾਸ਼ਤੇ ਪਾਣੀ ਦਾ ਇੰਤਜ਼ਾਮ ਕਰੀਏ। ਇਹੀ ਹੈ, ਚੰਗੀ ਤਰ੍ਹਾਂ ਕੋਖ ਪੜਤਾਲ ਕਰ ਲਈ, ਜੇ ਕੋਈ ਗੱਲ ਮੈਂ ਭੁੱਲ ਜਾਊਂਗਾ ਤੇ ਤੂੰ ਚੇਤੇ ਰੱਖੀ। ਯਾਦ ਆ ਨਾ ਜਿਹੜੇ ਜਿਹੜੇ ਸੋਲਾਂ ਦਾ ਸਿਰੇ ਰੱਟਾ ਲਵਾਇਆ ਸੀ ਤੈਨੂੰ? ਬੈਡ ਏ ਟੂ ਸੈਟ ਯਾਦ ਨੇ, ਓਏ ਟੂ ਸੈਟ ਨਹੀਂ ਹੁੰਦਾ, ਇੱਕ ਤੋਂ 100 ਹੁੰਦਾ। ਕਾਕਾ ਜੀ, ਕਾਕਾ ਜੀ, ਓ ਡੈਡ, ਕਾਕਾ ਜੀ, ਕਾਕਾ ਜੀ, ਡੈਡ ਕਿਉਂ ਬੈਲਾ ਮਾਰੀ ਜਾਂਦੇ ਜੇ? ਲੱਗਦਾ ਹੈ ਪੱਤੀ ਹੈ ਨੀ, ਬੂਹਾ ਖੜਕਾ ਕੇ ਅੰਦਰ ਜਾਂਦੇ ਆ। ਅੱਛਾ ਚਲੀ ਚੱਲ ਫਿਰ। ਡੈਡ ਰਿਸ਼ਤੇ ਵਾਲੀ ਅਖਬਾਰ ਜੇ ਵੇਖੋ, ਕਿਤੇ ਰਿਸ਼ਤਾ ਮਿੱਧਿਆ ਹੀ ਨਾ ਜਾਏ। ਕਾਕਾ ਜੀ, ਕਾਕਾ ਜੀ, ਲੱਗਦਾ ਨੀ ਡੈਡ ਖੁੱਲਾ ਹੀ ਹੈ। ਲੱਗਦਾ ਅੰਦਰ ਹੈ ਨੀ, ਪਰ ਹੁਣ ਅੰਦਰ ਹੀ ਹੈ। ਡੈਡ ਤੁਹਾਨੂੰ ਕਿਵੇਂ ਪਤਾ? ਓਏ ਅੰਦਰ ਕੀ ਗੱਲ ਹੈ, ਚੱਲ। ਕਾਕਾ ਜੀ, ਓ ਕਾਕਾ ਜੀ, ਰਿਸ਼ਤੇ ਵਾਲੇ ਕਾਕਾ ਜੀ, ਕਾਕਾ ਜੀ, ਰਿਸ਼ਤੇ ਵਾਲੇ ਕਾਕਾ ਜੀ, ਕੀ ਹੋਇਆ? ਓਏ ਮੂਰਖਾ, ਹੋਣਾ ਕੀ ਹੈ? ਕਾਕਾ ਜੀ, ਕਾਕਾ ਜੀ, ਤੂੰ ਤਾਂ ਲਿਆ ਆਪ ਕਾਕਾ। ਸੌਰੀ ਡੈਡ, ਵੀਰ ਜੀ, ਵੀਰ ਜੀ, ਕੀ ਹੋਇਆ? ਓਏ ਦੁਰਫੜੇ ਮੂੰਹ ਤੇਰਾ, ਵੀਰ ਜੀ, ਵੀਰ ਜੀ, ਓਏ ਵੀ ਚੁੱਕੇ ਆਵਾਜ਼ ਦੇਤੀ ਹੈ, ਵੀਰ ਜੀ, ਵੀਰ ਜੀ, ਹੈ? ਓ ਤੁਸੀਂ ਤੇ ਵੀਰ ਜੀ ਲੱਭਣ ਨਹੀਂ ਆਇਆ? ਆਪਣੀ ਭੈਣ ਲਈ ਰਿਸ਼ਤਾ ਕਰਨ ਲਈ ਜੀਜਾ ਲੱਭਣਾ? ਹਾਂ ਜੀਜਾ ਜੀ, ਜੀਜਾ ਜੀ, ਜੀਜਾ ਜੀ, ਕੀ ਹੋਇਆ? ਰਿਸ਼ਤਾ ਹੋ ਗਿਆ, ਜੀਜਾ ਬਣ ਗਏ, ਲਾਵਾਂ ਫੇਰੇ ਹੋ ਗਏ, ਫੇਰ ਕੀ? ਜੀਜਾ ਜੀ, ਜੀਜਾ ਜੀ ਲਾਈ ਹੈ? ਹੈਂ ਜੋ, ਮੈਂ ਨਹੀਂ ਵੇਖਦਾ ਮੁੰਡਾ, ਮੈਨੂੰ ਨਾਲ ਕਿਉਂ ਲੈ ਗਿਆ ਜੇ? ਬੋਲਣ ਤਾਂ ਦਿੰਦੇ ਨਹੀਂ। ਓਏ ਤੈਨੂੰ ਡਰਾਈਵਰੀ ਕਰਨ ਲਈ ਨਾਲ ਲੈ ਕੇ ਆਇਆ, ਹੈਂ? ਬੋਲਣ ਚਾਲਣ ਲਈ ਨਹੀਂ, ਓ ਬੋਲਣ ਚਾਲਣ ਨੂੰ ਮੈਂ ਹੈਗਾ ਨਾ, ਤੂੰ ਇਹਦਾ ਕਰ, ਜਾ ਜਾ ਕੇ ਦੇਖਿਆ ਕਿਤੇ ਬੈਡਰੂਮ 'ਚ ਸ਼ਰਮਾ ਕੇ ਨਾ ਬੈਠਾ ਹੋਵੇ। ਤੁਸੀਂ ਚਿੰਤਾ ਨਾ ਕਰੋ ਡੈਡ, ਭਾਵੇਂ ਬੈਡਰੂਮ 'ਚ ਅਤੇ ਭਾਵੇਂ ਬਾਥਰੂਮ 'ਚ, ਮੈਂ ਹੁਣੇ ਜੀਜਾ ਕੱਢ ਕੇ ਲਿਆਉਣਾ। ਕੀ ਹੋਇਆ? ਓਏ ਧਿਆਨ ਨਾਲ ਦਰਵਾਜ਼ਾ ਖੜਕਾ ਕੇ ਜਾਈ, ਕਿਤੇ ਨਹਾਉਂਦਾ ਨਹਾਉਂਦਾ ਹੀ ਨਾ ਬਾਹਰ ਕੱਢ ਲਈ, ਜਵਾਈ ਭਾਈ ਆ ਭਾਈ। ਉਹ ਛੱਡੋ ਤੇ ਸਹੀ,